ਕੇਜਰੀਵਾਲ ਨੂੰ ਦੇਖ ਕੇ ਇਹਨੂੰ ਕਿਉਂ ਯਾਦ ਆਇਆ ਕਿ ਆਪਾਂ ਬਿਜਲੀ ਫ੍ਰੀ ਕਰੀਏ, ਪਾਣੀ ਦੇ ਬਿੱਲ ਫ੍ਰੀ ਕਰੀਏ, ਕਿ ਕੇਜਰੀਵਾਲ ਕਹਿ ਗਿਆ ਤਾਂ ਤੁਸੀਂ ਕੀਤਾ ਵਾ? ਅੱਗੇ ਤਾਂ ਦਾਰੂ ਦੀ ਬੋਤਲ ਅਤੇ ਭੁੱਕੀ ਅਤੇ ਵੋਟਾਂ ਲੈ ਲੈਂਦੇ ਸੀ, ਹੁਣ ਚਾਹੇ ਕੁਛ ਵੀ ਕਰ ਲਿਓ, ਹੁਣ ਤੁਹਾਨੂੰ ਵੋਟਾਂ ਮਿਲਣੀਆਂ ਨਹੀਂ, ਨਾ ਪਾਉਣੀਆਂ ਆ, ਤੁਹਾਡੇ ਸਾਹਮਣੇ ਪਾੜ ਪਾੜ ਸਿੱਟ ਦੇਣੀਆਂ, ਪਾਉਣੀਆਂ ਨਹੀਂ। ਜੋ ਵਾਅਦੇ ਪਹਿਲਾਂ ਕੇਜਰੀਵਾਲ ਕਰ ਰਿਹਾ, ਪਿੱਛੇ ਪਿੱਛੇ ਸਾਰੀਆਂ ਪਾਰਟੀਆਂ ਦੁਹਰਾ ਰਹੀ, ਆਪਾਂ ਵੀ ਕਰਾਂਗੇ, ਆਪਾਂ ਵੀ ਕਰਾਂਗੇ, ਪਹਿਲਾਂ ਕਿਉਂ ਨਹੀਂ ਕੀਤਾ ਇਹਨਾਂ ਨੇ? ਵੋਟਰ ਕਾਰਡ ਨਹੀਂ ਬਣਾ ਕੇ ਦਿੱਤਾ ਹਜੇ ਤੱਕ, 50 ਸਾਲ ਦੀ ਮੇਰੀ ਉਮਰ ਹੋ ਗਈ ਆ, ਬਈਆਂ ਦੇ ਵੋਟਰ ਕਾਰਡ ਬਣਾ ਤੇ, ਪੰਜਾਬੀ ਦੇ ਤਾਂ ਨਹੀਂ ਬਣਾਉਂਦੇ, ਮੈਂ ਗਰੀਬ ਹਾਂ, ਰਾਸ਼ਨ ਕਾਰਡ ਬਣਾਉਣ ਨੂੰ ਗਿਆ, ਕਹਿੰਦੇ ਸਾਡੀ ਐਪ ਬੰਦ ਆ, ਐਪ ਮੇਰੇ ਮਰਨ ਤੋਂ ਬਾਅਦ ਖੁੱਲੂਗੀ। ਠੀਕ ਹੈ, ਕਾਂਗਰਸ ਆ ਗਈ, ਉਹਨੇ ਵੱਖਰਾ ਯੂਨਿਟ ਕਰਤਾ ਜੀ, ਅਕਾਲੀ ਆ ਗਏ ਉਹਨੇ ਵੱਖਰਾ ਕਰਤਾ ਜੀ, 70 ਸਾਲ ਤਾਂ ਕਰਦੇ ਪਏ ਜੀ, ਇੱਕ ਪਾਰਟੀ ਨੂੰ ਦੇਖੇ ਦੂਜੇ ਪਾਰਟੀ ਨੂੰ ਐਲਾਨ ਕਰਨਾ ਉਹ ਚੀਜ਼ ਗਲਤ ਹੈਗੀ ਜੀ। ਸਾਨੂੰ ਤਾਂ 50 ਸਕਿੰਟ ਉਲਟਾ ਸਾਡੇ ਕੋਲ ਖੋਇਆ ਹੀ ਹੈਗਾ, ਸਾਨੂੰ ਦਿੱਤਾ ਕੁਛ ਨਹੀਂ, ਅਸੀਂ ਲੰਗਰ ਖਾ ਖਾ ਕੇ ਗੁਜ਼ਾਰਾ ਕੀਤਾ ਜੀ। ਅਸੀਂ ਮੈਂ ਲਿਖ ਕੇ ਦਿੰਦਾ, ਜਦ ਤੱਕ ਕਾਂਗਰਸ ਅਤੇ ਅਕਾਲੀ ਦਲ ਪੰਜਾਬ ਦੇ ਵਿੱਚ ਆਪਣਾ ਪੈਰ ਪਸਾਰ ਕੇ ਬੈਠੀ ਆ, ਕੇਜਰੀਵਾਲ ਦੇ ਪੈਰ ਇਹਨਾਂ ਨੇ ਲੱਗਣ ਨਹੀਂ ਦੇਣੇ, ਇਹ ਇੱਦਾਂ ਦੇ ਮਗਰਮੱਛ ਹੈਗੇ ਆ, ਕੇਜਰੀਵਾਲ ਨੂੰ ਵੀ ਨਿਕਲ ਜਾਣਗੇ। ਇੱਕ ਗੁਜਰਾਤੀ ਨੂੰ ਲਿਆਂਦਾ ਸੀਗਾ ਦੇਸ਼ ਦਾ PM ਬਣਾ ਕੇ, ਉਹ ਸਾਡੀ ਜੱਟਾਂ ਦੀ ਜ਼ਮੀਨ ਖਾ ਗਿਆ, ਹੁਣ ਦੂਸਰੇ ਭਈਏ ਨੂੰ ਲਿਆ ਕੇ ਪੰਜਾਬ ਦਾ CM ਬਣਾ ਦਈਏ ਤਾਂ ਉਹ ਸਾਨੂੰ ਘਰਾਂ 'ਚੋਂ ਬਾਹਰ ਕੱਢ ਦੂਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈੱਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਪੰਜਾਬ ਦੇ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਜਿਹੜੀ ਹੈ ਲਗਾਤਾਰ ਗਰਮਾਉਂਦੀ ਨਜ਼ਰ ਆ ਰਹੀ ਹੈ, ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਵੀ ਜਿਹੜੀਆਂ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀ ਜਾ ਰਹੀ ਹੈ, ਅਤੇ ਉੱਥੇ ਦੂਜੇ ਪਾਸੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸੱਤਾ ਦੇ ਵਿੱਚ ਆਉਣ ਲਈ ਵੱਡੇ ਦਾਅਵੇ ਅਤੇ ਵਾਅਦੇ ਵੀ ਕੀਤੇ ਜਾ ਰਹੇ ਨੇ। ਜੇਕਰ ਗੱਲ ਕਰੀਏ ਬੀਤੇ ਦਿਨੀ ਦੀ, ਕਿਸ ਤਰੀਕੇ ਨਾਲ ਜੋ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਕਿ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਅਤੇ ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਜੋ ਕਿ ਲੁਧਿਆਣੇ ਪਹੁੰਚੇ ਸਨ, ਅਤੇ ਉੱਥੇ ਉਹਨਾਂ ਨੇ ਪਹੁੰਚ ਕੇ ਜਿਹੜੀ ਹੈ ਪੰਜਾਬ ਵਾਸੀਆਂ ਨੂੰ ਦੂਜੀ ਗਾਰੰਟੀ ਦਿੱਤੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਉਹ ਜਿਹੜਾ ਹੈ ਹਰ ਇੱਕ ਵਿਅਕਤੀ ਨੂੰ ਜਿਹੜਾ ਵਧੀਆ ਤੇ ਮੁਫਤ ਇਲਾਜ ਦੀ ਜਿਹੜੀ ਸੁਵਿਧਾ ਹੈ ਉਹ ਮੁਹੱਈਆ ਕਰਵਾਉਣਗੇ, ਤੇ ਤਮਾਮ ਵਾਅਦਿਆਂ ਦੇ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਆਮ ਜਨਤਾ ਦਾ ਕੀ ਕਹਿਣਾ ਹੈ, ਉਹੀ ਗੱਲਬਾਤ ਕਰਨ ਲਈ ਅਸੀਂ ਇੱਕ ਵਾਰੀ ਫਿਰ ਜਿਹੜਾ ਬਾਜ਼ਾਰ ਪਹੁੰਚ ਚੁੱਕੇ ਹਾਂ, ਤੇ ਅਸੀਂ ਇੱਥੇ ਦੇ ਲੋਕਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ, ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਜੋ ਕੇਜਰੀਵਾਲ ਆਏ ਲੁਧਿਆਣੇ ਦੌਰੇ ਤੇ ਲੁਧਿਆਣੇ ਪਹੁੰਚੇ ਸਨ, ਉਹਨਾਂ ਵੱਲੋਂ ਦੂਜੀ ਜੋ ਗਾਰੰਟੀ ਦਿੱਤੀ ਗਈ ਤੁਹਾਨੂੰ ਉਹ ਵਾਅਦਿਆਂ ਤੇ ਵਿਸ਼ਵਾਸ ਹੈਗਾ? ਵਿਸ਼ਵਾਸ ਤਾਂ ਹੈਗਾ, ਜਿਸ ਹਿਸਾਬ ਨਾਲ ਦੁਨੀਆਂ ਸੁਣਿਆ ਉਹਨਾਂ ਦੀ ਗੱਲਬਾਤ ਸੁਣੀ, ਕੰਮਕਾਰ ਉਹਨਾਂ ਦਿੱਲੀ ਕਰਕੇ ਦਿਖਾਏ ਨੇ, ਪਬਲਿਕ ਆ ਕੇ ਦੱਸਦੀ ਸਾਨੂੰ ਇੱਥੇ, ਉਸ ਹਿਸਾਬ ਨਾਲ ਵਿਸ਼ਵਾਸ ਹੈ ਕਿਉਂਕਿ ਕਾਂਗਰਸ ਦੇ ਅਕਾਲੀਆਂ ਦਾ ਵਿਸ਼ਵਾਸ ਨਹੀਂ ਰਹਿ ਗਿਆ ਹੁਣ ਪੰਜਾਬੀਆਂ ਨੂੰ, ਇਹਨਾਂ ਨੇ ਤਾਂ ਪਹਿਲਾਂ ਵੀ ਲੁੱਟਿਆ ਵਾ ਹੁਣ ਵੀ ਲੁੱਟੂਗੇ। ਆਮ ਆਦਮੀ ਪਾਰਟੀਆਂ ਮੌਕਾ ਦੇ ਕੇ ਦੇਖ ਸਕਦੇ ਹਾਂ ਕਿ ਸਾਡੇ ਪੰਜਾਬੀਆਂ ਨੇ ਕੁਝ ਕਰ ਸਕਦੀ ਕਿ ਨਹੀਂ ਕਰ ਸਕਦੀ, ਇਸ ਲਈ ਤਾਂ ਪੰਜਾਬੀ ਇਸ ਟਾਈਮ ਜ਼ੋਰ ਤੇ ਹੈਗੇ ਕਿ ਆਮ ਆਦਮੀ ਪਾਰਟੀ ਨੂੰ ਲਿਆਵਾਂਗੇ। ਯਾਨੀ ਤੁਹਾਨੂੰ ਲੱਗਦਾ ਕਿ ਜੋ ਉਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਉਹ ਪੂਰੇ ਵੀ ਕਰ ਸਕਦੇ? ਬਾਕੀ ਪਾਰਟੀਆਂ ਉਹਨਾਂ ਦੀ ਨਕਲ ਕਰ ਰਹੀ ਹੈ ਜੀ, ਜੋ ਵਾਅਦੇ ਪਹਿਲਾਂ ਕੇਜਰੀਵਾਲ ਕਰ ਰਿਹਾ ਪਿੱਛੇ ਪਿੱਛੇ ਸਾਰੀਆਂ ਪਾਰਟੀਆਂ ਦੁਹਰਾ ਰਹੀ, ਆਪਾਂ ਵੀ ਕਰਾਂਗੇ, ਆਪਾਂ ਵੀ ਕਰਾਂਗੇ, ਪਹਿਲਾਂ ਕਿਉਂ ਨਹੀਂ ਕੀਤਾ ਇਹਨਾਂ ਨੇ? ਕੇਜਰੀਵਾਲ ਨੂੰ ਦੇਖ ਕੇ ਇਹਨੂੰ ਕਿਉਂ ਯਾਦ ਆਇਆ ਕਿ ਆਪਾਂ ਬਿਜਲੀ ਫ੍ਰੀ ਕਰੀਏ, ਪਾਣੀ ਦੇ ਬਿੱਲ ਫ੍ਰੀ ਕਰੀਏ, ਕਿ ਕੇਜਰੀਵਾਲ ਕਹਿ ਗਿਆ ਤਾਂ ਤੁਸੀਂ ਕੀਤਾ ਵਾ, ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ? ਤੁਹਾਨੂੰ ਇੰਨੇ ਸਾਲ ਹੋ ਗਏ ਤੇ ਰਾਜ ਕਰਦੇ ਹੋ ਅਕਾਲੀਆਂ ਨੂੰ, ਕਾਂਗਰਸ ਨੂੰ 60 ਸਾਲ ਹੋਏਗਾ ਵੋਟ ਵਾਟ, ਪਹਿਲਾਂ ਕਿਉਂ ਇਹਨਾਂ ਨੇ ਕੀਤਾ, ਹੁਣ ਕਿਉਂ ਸੋਚ ਰਹੇ ਨੇ? ਕਿਉਂਕਿ ਨਵੀਂ ਪਾਰਟੀ ਆ ਰਹੀ ਪੰਜਾਬ ਦੇ ਵਿੱਚ ਜ਼ੋਰ ਦਿਖਾ ਰਹੀ ਹੈ, ਤਾਂ ਇਹਨੂੰ ਯਾਦ ਆਇਆ ਕਿ ਆਪਾਂ ਵੀ ਮਗਰ ਲੱਗੀਏ। ਇਹ ਸਾਰੀਆਂ ਪਾਰਟੀਆਂ ਤਾਂ ਇਹੀ ਵਾਅਦੇ ਕਰਦੀਆਂ ਆਈਆਂ,
ਪਹਿਲਾਂ ਬਾਦਲ ਸਾਹਿਬ ਨੂੰ ਲਿਆਂਦਿਆ ਸੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਅਸੀਂ ਗਰੀਬਾਂ ਨੂੰ ਪੜ੍ਹਾਈ ਦੇਵਾਂਗੇ, ਸਭ ਕੁਝ ਮੁਫਤ ਦੇਵਾਂਗੇ, ਕੀ ਦਿੱਤਾ ਸਾਡਾ ਤਾਂ ਅੱਜ ਤੱਕ ਇਹਨਾਂ ਨੇ ਉਹ ਵੋਟਰ ਕਾਰਡ ਨਹੀਂ ਬਣਾ ਕੇ ਦਿੱਤਾ ਅਜੇ ਤੱਕ। 50 ਸਾਲ ਦੀ ਮੇਰੀ ਉਮਰ ਹੋ ਗਈ ਆ, ਬਈਆਂ ਦੇ ਵੋਟਰ ਕਾਰਡ ਬਣਾ ਤੇ ਪੰਜਾਬੀ ਦੇ ਤਾਂ ਨਹੀਂ ਬਣਾਉਂਦੇ, ਮੈਂ ਗਰੀਬ ਹਾਂ ਇਸ ਕਰਕੇ ਮੇਰਾ ਡਾਕਟਰੀ ਕਾਰਡ ਤੱਕ ਨਹੀਂ ਬਣਾ ਕੇ ਦਿੱਤਾ ਅਜੇ ਤੱਕ। ਰਾਸ਼ਨ ਕਾਰਡ ਬਣਾਉਣ ਨੂੰ ਗਿਆ ਕਹਿੰਦੇ ਸਾਡੀ ਐਪ ਬੰਦ ਆ, ਐਪ ਮੇਰੇ ਮਰਨ ਤੋਂ ਬਾਅਦ ਖੁੱਲੂਗੀ ਪੰਜਾਬ ਗੌਰਮੈਂਟ ਦੀ। ਇਹ ਸਾਰਾ ਠੱਗਾ ਦਾ ਟੋਲਾ ਆ। ਮੈਂ ਤਾਂ ਕਹਿੰਦਾ ਰਾਸ਼ਟਰਪਤੀ ਰਾਜ ਚਾਹੀਦਾ, ਇੱਥੇ ਸਰਕਾਰ ਕਿਸੇ ਪਾਰਟੀ ਦੀ ਚਾਹੀਦੀ ਨਹੀਂ, ਨਾ ਅਕਾਲੀ ਦਲ ਚੰਗਾ, ਨਾ ਕਾਂਗਰਸ ਚੰਗਾ, ਨਾ ਕੇਜਰੀਵਾਲ। ਜੇ ਕੇਜਰੀਵਾਲ ਸਾਹਿਬ ਕਹਿੰਦੇ ਨਾ ਖਾਬ ਦੇਖਦੇ ਆ, ਮੈਂ ਲਿਖ ਕੇ ਦਿੰਦਾ ਜਦ ਤੱਕ ਕਾਂਗਰਸ ਅਤੇ ਅਕਾਲੀ ਦਲ ਪੰਜਾਬ ਦੇ ਵਿੱਚ ਆਪਣਾ ਪੈਰ ਪਸਾਰ ਕੇ ਬੈਠੀ ਆ, ਕੇਜਰੀਵਾਲ ਦੇ ਪੈਰ ਇਹਨਾਂ ਨੇ ਲੱਗਣ ਨਹੀਂ ਦੇਣੇ। ਇਹ ਇੱਦਾਂ ਦੇ ਮਗਰਮੱਛ ਹੈਗੇ ਆ, ਕੇਜਰੀਵਾਲ ਨੂੰ ਵੀ ਨਿਕਲ ਜਾਣਗੇ। ਗੁਜਰਾਤੀ ਨੂੰ ਲਿਆਂਦਾ ਸੀਗਾ ਦੇਸ਼ ਦਾ ਪੀਐਮ ਬਣਾ ਕੇ, ਉਹ ਸਾਡੀ ਜੱਟਾਂ ਦੀ ਜ਼ਮੀਨ ਖਾ ਗਿਆ। ਹੁਣ ਦੂਸਰੇ ਭਈਏ ਨੂੰ ਲਿਆ ਕੇ ਪੰਜਾਬ ਦਾ ਸੀਐਮ ਬਣਾ ਦਈਏ ਤਾਂ ਉਹ ਸਾਨੂੰ ਘਰਾਂ ਚੋਂ ਬਾਹਰ ਕੱਢ ਦਊਗਾ, ਕੱਲ ਨੂੰ ਸਾਨੂੰ ਘਰ ਵੀ ਨਹੀਂ ਰਹਿਣ ਦਊਗਾ। ਪੰਜਾਬ ਗੌਰਮੈਂਟ ਕਹਿੰਦੀ ਆ ਮੈਂ ਅਸੀਂ ਗਰੀਬਾਂ ਨੂੰ ਨੌਕਰੀਆਂ ਦੇਵਾਂਗੇ, ਜੇ ਨੌਕਰੀਆਂ ਦਿੱਤੀਆਂ 5 ਲੱਖ ਬੰਦੇ ਦਾ 1000 ਰੁਪਏ ਦੇ ਹਿਸਾਬ ਨਾਲ ਫਾਰਮ ਭਰਿਆ, 5 ਲੱਖ ਬੰਦੇ ਨੇ ਪੇਪਰ ਦਿੱਤਾ, ਨੌਕਰੀ ਕਿੰਨੀ ਦੇਣੀ ਆ 4500, ਜਿਹੜਾ ਬਾਕੀ 5 ਲੱਖ ਬੰਦੇ ਤੋਂ 1000 ਰੁਪਏ ਫਾਰਮ ਦੇ ਹਿਸਾਬ ਨਾਲ ਲਏ ਆ, ਉਹ ਪੰਜਾਬ ਗੌਰਮੈਂਟ ਨੇ ਕਿੰਨੇ ਪੈਸੇ ਬਣਾਏ? ਮੀਡੀਆ ਆਂਕੜਾ ਜੋੜ ਕੇ ਦਿਖਾਵੇ ਲੋਕਾਂ ਨੂੰ, ਹੈਂ? ਇਹ ਸਿਰਫ ਲੋਕਾਂ ਦੇ ਵਾਅਦੇ ਆ, ਸਰਕਾਰਾਂ ਦੇ ਬਣਾਉਣ ਵਾਸਤੇ ਵੋਟਾਂ ਲੈਣ ਵਾਸਤੇ। ਲੋਕਾਂ ਨੂੰ ਲੋਲੀਪੋਪ ਦਿੰਦੇ ਪਏ ਆ ਨਾ ਵੋਟਾਂ ਦਾ, ਉਹਨਾਂ 'ਤੇ ਫਿਰ ਵਿਸ਼ਵਾਸ ਨਹੀਂ ਕਰਨਾ। ਅੱਗੇ ਤਾਂ ਦਾਰੂ ਦੀ ਬੋਤਲ 'ਤੇ ਭੁੱਕੀ 'ਤੇ ਵੋਟਾਂ ਲੈ ਲੈਂਦੇ ਸੀ, ਹੁਣ ਚਾਹੇ ਕੁਛ ਵੀ ਕਰ ਲਿਓ ਹੁਣ ਤੁਹਾਨੂੰ ਵੋਟਾਂ ਮਿਲਣੀਆਂ ਨਹੀਂ, ਨਾ ਪਾਉਣੀਆਂ ਆ, ਤੁਹਾਡੇ ਸਾਹਮਣੇ ਪਾੜ ਪਾੜ ਸਿੱਟ ਦੇਣੀਆਂ, ਪਾਉਣੀਆਂ ਨਹੀਂ। ਮੈਂ ਤਾਂ ਇਹ ਚਾਹੁੰਦਾ ਵੀ ਤੀਸਰੀ ਪਾਰਟੀ ਨੂੰ ਇੱਕ ਵਾਰ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ, ਕਿਉਂਕਿ ਪਿਛਲੇ 70 ਸਾਲਾਂ ਤੋਂ ਕਦੇ ਕਾਂਗਰਸ ਕਦੇ ਅਕਾਲੀ ਦਲ ਆ ਰਿਹਾ ਅਤੇ ਉਹ ਜੋ ਕੁਛ ਜਿੰਨਾ ਕੁਛ ਕਰ ਰਿਹਾ ਆਪਣੇ ਸਾਹਮਣੇ ਹੀ ਆ ਸਾਰਿਆਂ ਦੇ, ਅਤੇ ਇਹ ਚਾਹੁੰਦਾ ਵੀ ਤੀਸਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮੌਕਾ ਜ਼ਰੂਰ ਦੇਣਾ ਚਾਹੀਦਾ ਵਾ, ਕਿਉਂਕਿ ਉਹ ਦਿੱਲੀ ਮਾਡਲ ਬਣਾਉਣਾ ਚਾਹੁੰਦੇ ਆ ਅਤੇ ਹੋ ਸਕਦਾ ਸਾਡੀ ਕਿਸਮ ਨੂੰ ਵੀ ਦਿੱਲੀ ਮਾਡਲ ਪੰਜਾਬ 'ਚ ਬਣ ਜੇ। ਹਾਂਜੀ, ਅਸੀਂ ਆਟੋ ਰਿਕਸ਼ਾ ਚਲਾਉਂਦੇ ਹਾਂ ਅਤੇ ਜ਼ਿਆਦਾਤਰ ਸਾਡੇ ਸਵਾਰੀਆਂ ਪੈਂਦੀਆਂ, ਅਸੀਂ ਪੁੱਛਦੇ ਹਾਂ ਕਈ ਸਵਾਰੀਆਂ ਦਿੱਲੀ ਤੋਂ ਆਉਂਦੀਆਂ ਵਾ, ਪੁੱਛੀਦਾ ਵੀ ਉੱਥੇ ਦਾ ਕੀ ਮਾਹੌਲ ਆ, ਕਿਹੀ ਸਰਕਾਰ ਆ, ਉਹ ਬਹੁਤ ਚੰਗਾ ਸਮਝਦੇ ਆ, ਕਹਿੰਦੇ ਵੀ ਪਹਿਲਾਂ ਸ਼ੀਲਾ ਦੀਕਸ਼ਿਤ ਜੀ ਦੀ ਸਰਕਾਰ 3 ਵਾਰ ਰਹੀ ਆ ਅਤੇ ਸਾਨੂੰ ਇਹ ਫੈਸਿਲਿਟੀਆਂ ਨਹੀਂ ਮਿਲੀਆਂ, ਜਿਵੇਂ ਕਿ ਮੁਫਤ ਪਾਣੀ, ਮੁਫਤ ਬਿਜਲੀ, ਪੜ੍ਹਾਈ ਦੀਆਂ ਵਧੀਆ ਸਕੂਲ ਬਣਾ ਤੇ ਉਹਨਾਂ ਨੇ, ਜਾਂ ਮੈਡੀਕਲ ਸਹੂਲਤਾਂ ਬਹੁਤ ਵਧੀਆ ਬਣਾਈਆਂ ਨੇ, ਅਤੇ ਬਾਕੀ ਲੋਕਡਾਊਨ 'ਚ ਆਟੋ ਰਿਕਸ਼ੇ ਵਾਲਿਆਂ ਨੂੰ ਉਹਨਾਂ ਨੇ 5000 ਰੁਪਇਆ ਪਰ ਮਹੀਨਾ ਦਿੱਤਾ, ਜਦਕਿ ਇੱਥੇ ਸਾਡੇ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਸੀਂ ਤਾਂ ਇਹ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਕਾਗਜ਼ ਬਗੈਰ ਜੁਰਮਾਨੇ ਤੋਂ ਬਣਾਏ ਜਾਣ, ਸਾਨੂੰ ਟਾਈਮ ਦਿੱਤਾ ਜਾਵੇ ਬਈ ਭਾਈ ਤੁਹਾਨੂੰ ਕੋਈ ਜੁਰਮਾਨਾ ਨਹੀਂ, ਜਿੰਨਾ ਤੁਹਾਡਾ ਟੈਕਸ ਬਣਦਾ, ਪਾਸਿੰਗ ਦੇ ਬਣਦੀ ਆ ਜਾਂ ਪਰਮਿਟ ਫੀਸ ਬਣਦੀ ਆ, ਜਿਹੜੇ ਟੁੱਟ ਚੁੱਕੇ ਆ ਲੋਕਡਾਊਨ 'ਚ ਟੁੱਟ ਚੁੱਕੇ ਆ, ਕਿਉਂਕਿ ਜੀ ਡੀਜ਼ਲ ਪੈਟਰੋਲ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ ਅਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ, ਈ ਰਿਕਸ਼ਾ ਬਹੁਤ ਆ ਗਿਆ ਜਿਨ੍ਹਾਂ ਕੋਲ ਕੋਈ ਆਰਸੀ ਪਰਮਿਟ ਕਾਗਜ਼ ਕੁਛ ਨਹੀਂ, ਅਤੇ ਬਲਕਿ ਉਹਨਾਂ ਲਈ ਨੋ ਐਂਟਰੀ ਵੀ ਹੈ ਨਹੀਂ, ਸਾਨੂੰ ਰੇਖੀ ਚੌਂਕ ਤੋਂ ਨੋ ਐਂਟਰੀ ਆ, ਘੰਟਾ ਘਰ ਨਹੀਂ ਜਾਣ ਦਿੰਦੇ, ਟੈਕਸ ਵੀ ਦਿੰਦੇ ਹਾਂ ਫਿਰ ਵੀ ਸਾਨੂੰ ਕੋਈ ਛੂਟ ਨਹੀਂ, ਉਹ ਨੋ ਐਂਟਰੀ ਜਿਹੜੇ ਮਰਜ਼ੀ ਗਲੀ ਦੇ ਵਿੱਚ ਜਿਹੜੇ ਮਰਜ਼ੀ ਚੋੜੇ ਬਾਜ਼ਾਰ 'ਚ ਵੜ ਸਕਦੇ ਆ, ਸਾਡੇ ਵਾਸਤੇ ਰੋਂਗ ਪਾਰਕਿੰਗ, ਨਾਲੇ 500 ਦਾ ਚਲਾਨ, 2000 ਰੁਪਇਆ ਪੈਨਲਟੀ, 2400 ਸਾਡੇ ਟੈਕਸ ਹੈਗੇ ਆ, 2000 ਰੁਪਇਆ ਸਾਡੀ ਪੈਨਲਟੀ ਹੈ ਜੀ 3 ਮਹੀਨੇ ਦੀ, ਹੁਣ 1 ਸਾਲ ਦਾ ਟੈਕਸ ਉੱਟ ਗਿਆ 8000 ਰੁਪਇਆ ਪੈਨਲਟੀ ਹੋ ਗਈ।
ਅਸੀਂ ਕਿੱਥੋਂ ਭਰ ਦਾਂਗੇ 8000? ਆਉਣ ਵਾਲੇ ਇਲੈਕਸ਼ਨ ਦੀ ਜੇ ਗੱਲ ਕਰਾਂ ਫਿਰ ਤੇ ਉਹੀ ਗੱਲ ਆ ਜਾਂਦੀ ਹੈ। ਸਵਾਲ ਮੇਰਾ ਉਹੀ ਹੈ ਕਿ ਕੇਜਰੀਵਾਲ ਜੋ ਦੂਜੀ ਗਾਰੰਟੀ ਪੰਜਾਬ ਦੇ ਵਿੱਚ ਆ ਕੇ ਦੇ ਕੇ ਗਏ ਨੇ, ਉਸ ਤੇ ਵਿਸ਼ਵਾਸ ਹੈਗਾ? ਉਸ ਤੇ ਵਿਸ਼ਵਾਸ ਹੈਗਾ ਕਿਉਂਕਿ ਅਸੀਂ ਕੁਝ ਦੇ ਇੱਕ ਸਾਲ ਪਹਿਲਾਂ ਲਾਕਡਾਊਨ ਦੇ ਵਿੱਚ ਅਸੀਂ ਜੋ ਦਿੱਲੀ ਦੇ ਬੰਦਿਆਂ ਕੋਲੋਂ ਜਾਂ ਕਿਸੇ ਕੋਲੋਂ ਅਸੀਂ ਸੁਣਿਆ ਗੱਲਾਂ, ਸਾਨੂੰ ਥੋੜ੍ਹਾ ਜਿਹਾ 50% ਸਾਨੂੰ ਯਕੀਨ ਹੈਗਾ ਵੀ ਉਹ ਕੁਛ ਨਾ ਕੁਛ ਆਉਣ ਦੇ ਟਾਈਮ 'ਚ ਸਾਡੇ ਵਾਸਤੇ ਕੁਛ ਕਰਨਗੇ। ਅਸੀਂ ਆਟੋ ਵਾਲੇ ਹਾਂ, ਅਸੀਂ ਆਟੋ ਵਾਲਿਆਂ ਦੀ ਹੀ ਗੱਲ ਕਰਾਂਗੇ ਅਸੀਂ, ਬਾਕੀ ਉਹਨਾਂ ਨੇ ਜਿਹੜਾ ਬਿਜ਼ਨਸਮੈਨਾਂ ਦਾ ਜੋ ਕਰਨਾ ਉਹ ਤਾਂ ਉਹਨਾਂ ਨੇ ਕਰਨੇ ਕਰਨਾ, ਸਾਡੇ ਗਰੀਬ ਬੰਦੇ ਦਾ ਜਿਹੜਾ ਕਰੂਗਾ ਆਪਾਂ ਤਾਂ ਉਹਦੇ ਨਾਲ ਹੋਵਾਂਗੇ ਜੀ। ਆਪਾਂ ਆਟੋ ਵਾਲਾ ਬੰਦੇ ਸਾਡੇ ਕੋਲ ਲੁਧਿਆਣੇ ਕਈ ਆਏ ਆ, ਆਪਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈਗੀ ਆ, ਉਹ ਅਗਲੇ ਸਾਨੂੰ ਕਹਿੰਦੇ ਸਾਡੇ ਨਾਲ ਆਹ ਹੋਇਆ ਜੀ, ਸਾਨੂੰ ਇੰਨੇ ਇੰਨੇ ਪੈਸੇ ਮਿਲੇ ਆ, ਸਾਨੂੰ ਤਾਂ 50% ਉਲਟਾ ਸਾਡੇ ਕੋਲ ਖੋਇਆ ਹੀ ਹੈਗਾ, ਸਾਨੂੰ ਦਿੱਤਾ ਕੁਝ ਨਹੀਂ, ਅਸੀਂ ਲੰਗਰ ਖਾ ਖਾ ਕੇ ਗੁਜ਼ਾਰਾ ਕੀਤਾ ਜੀ, ਅਸੀਂ ਇੱਕ ਸਾਲ ਲੰਗਰ ਖਾ ਖਾ ਕੇ ਗੁਜ਼ਾਰਾ ਕੀਤਾ, ਸਾਨੂੰ ਕਿਸੇ ਨੇ ਕੋਈ ਰਾਸ਼ਨ ਨਹੀਂ ਕੋਈ ਕੁਛ ਨਹੀਂ ਹੈ, ਜਿੰਨਾ ਜੋ ਅਸੀਂ ਕਮਾ ਲਿਆ ਅਸੀਂ ਆਪਣਾ ਹੀ ਕਮਾਇਆ, ਉਹਦੇ ਵਿੱਚੋਂ ਵੀ ਸਾਡੀਆਂ 6-8 ਕਿਸਤਾਂ ਟੁੱਟੀਆਂ, ਉਹਦੀਆਂ ਪੈਨਲਟੀਆਂ ਸਾਨੂੰ ਹਾਲੇ ਤੱਕ ਪੈ ਰਹੀਆਂ 8-8 ਕਿਸਤਾਂ ਦੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਾਫੀ ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਉਹਨਾਂ ਤੇ ਵਿਸ਼ਵਾਸ ਹੈਗਾ, ਉਹਨਾਂ ਵੱਲੋਂ ਵੀ ਗੱਲ ਕਹੀ? ਵਿਸ਼ਵਾਸ ਨਹੀਂ ਜੀ, ਕੋਈ ਵਿਸ਼ਵਾਸ ਨਹੀਂ ਜੀ, ਕਿਉਂਕਿ 10-15 ਸਾਲ 48 ਸਾਲ ਦੀ ਮੇਰੀ ਉਮਰ ਆ, ਮੈਂ ਵੀ ਘੱਟੋ ਘੱਟ 40-50 ਵਾਰ ਵੋਟ ਪਾ ਚੁੱਕਾ ਹੈਗਾ, ਮੈਂ ਦੇ ਚੁੱਕਾ, ਕੋਈ ਵਿਸ਼ਵਾਸ ਨਹੀਂ ਰਿਹਾ ਜੀ। ਮੈਮ ਜੋ ਵਿਚਾਰ ਕਰਕੇ ਗਏ ਆ ਜ਼ਰੂਰ ਹੋਏਗਾ ਜੀ, ਇੱਕ ਵਾਰੀ ਮੌਕਾ ਦੇਣਾ ਚਾਹੀਦਾ ਜੀ, ਮੌਕਾ ਇਹ ਕਿ ਇੱਕ ਉਹਨਾਂ ਨੇ ਪਹਿਲਾਂ ਇੱਕ ਐਲਾਨ ਕੀਤਾ ਜੀ ਕਿ ਹਾਂ ਮੈਂ 300 ਯੂਨਿਟ ਫ੍ਰੀ ਦੇਵਾਂਗਾ ਜੀ, ਹੁਣ ਬਾਕੀ ਸਰਕਾਰਾਂ ਆ ਗਈਆਂ, ਠੀਕ ਹੈ, ਕਾਂਗਰਸ ਆ ਗਈ ਉਹਨੇ ਵੱਖਰਾ ਯੂਨਿਟ ਕਰਤਾ ਜੀ, ਅਕਾਲੀ ਆ ਗਏ ਉਹਨੇ ਵੱਖਰਾ ਕਰਤਾ ਜੀ, 70 ਸਾਲ ਤਾਂ ਕਰਦੇ ਪਏ ਜੀ, ਇੱਕ ਪਾਰਟੀ ਨੂੰ ਦੇਖੇ ਦੂਜੇ ਪਾਰਟੀ ਨੂੰ ਐਲਾਨ ਕਰਨਾ ਉਹ ਚੀਜ਼ ਗਲਤ ਹੈਗੀ ਹੈ। ਇੰਨਾ ਜ਼ਿਆਦਾ ਵਿਸ਼ਵਾਸ ਕਿਉਂ ਹੈ ਦਿੱਲੀ ਦੇ ਮੁੱਖ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਪਰ ਇੰਨਾ ਜ਼ਿਆਦਾ ਵਿਸ਼ਵਾਸ ਕਿਉਂ ਹੈ ਆਮ ਆਦਮੀ ਪਾਰਟੀ? ਕੰਮ ਹੋਏ ਉੱਥੇ, ਅਗਰ ਕੰਮ ਹੋਏ ਤਾਂ ਹੀ ਹੈ ਜੀ, ਅਗਰ ਕੰਮ ਨਾ ਹੁੰਦੇ ਤਾਂ ਉਹਨੇ ਉੱਥੇ ਆਉਣਾ ਨਹੀਂ ਸੀ ਜੀ, ਕੰਮ ਦੇ ਆਧਾਰ ਦੇ ਜੀ, ਆਧਾਰ ਦੇ ਕੰਮ ਹੋਇਆ ਅਗਲਾ ਤਾਂ ਵਿਸ਼ਵਾਸ ਕਰਦਾ ਵੇ ਜੀ, ਕਿਉਂਕਿ ਉਹਨੇ ਆਪ ਤਾਂ ਸਰਕਾਰ ਚਲਾਉਣੀ ਨਹੀਂ, ਚਲਾਉਣੀ ਤਾਂ ਪੰਜਾਬ ਦੇ ਬੰਦਿਆਂ ਨੇ, ਸਿੱਧੀ ਗੱਲ ਜੀ, ਐਨ ਇੱਕ ਚਿਹਰਾ ਹੈਗਾ, ਚਿਹਰਾ ਤਾਂ ਉਹਨੇ ਜੇ ਉਹਨੇ ਨਹੀਂ ਕਰਨਾ, ਜੋ ਕਰਨਾ ਪੰਜਾਬ ਦੇ ਬੰਦਿਆਂ ਨੇ ਕਰਨਾ, ਇੱਕ ਵਾਰੀ ਮੌਕਾ ਦਿਓ ਉਹ ਜ਼ਰੂਰ ਕਰੇਗਾ ਜੀ। ਮੈਮ ਦੇਖੀਏ, ਜੈਸੇ ਉਹਨਾਂ ਨੇ ਦਿੱਲੀ ਮੇ ਸੁਧਾਰ ਕੀਆ ਸਾਰਾ, ਹੈ ਨਾ, ਜੋ ਹਮ ਸੋਸ਼ਲ ਮੀਡੀਆ ਪੇ ਦੇਖ ਰਹੇ ਹੈ, ਅਕਾਲੀ ਵੀ ਦੇਖ ਲਈ, ਕਾਂਗਰਸ ਵੀ ਦੇਖ ਲਈ, ਅਬ ਹਮ ਇਹ ਚਾਹਤੇ ਕਿ ਇੱਕ ਨਵੇਂ ਬੰਦੇ ਕੋ ਨਯਾ ਚਿਹਰਾ ਵੀ ਦੇਖਾ ਜਾਏ, ਇਸਕੋ ਵੀ ਇੱਕ ਵਾਰ ਮੌਕਾ ਦੇਣਾ ਚਾਹੀਏ, ਹਮ ਤਾਂ ਕੇਜਰੀਵਾਲ ਸਾਹਿਬ ਕੇ ਸਾਥ ਹੈ, ਉਨ੍ਹੀਂ ਕੋ ਵੋਟ ਦੇਵਾਂਗੇ। ਵਾਅਦੇ ਉਹਨਾਂ ਵੱਲੋਂ ਕੀਤੇ ਜਾ ਰਹੇ, ਉਹਨਾਂ ਵਾਅਦੇ ਤੇ ਵਿਸ਼ਵਾਸ ਹੋ ਰਿਹਾ? ਬਿਲਕੁਲ ਮੈਮ, ਡੈਫੀਨੇਟਲੀ ਉਹਨਾਂ ਨੇ ਦੇਖਿਆ ਆਪ ਦਿੱਲੀ ਮੇ ਕਿਤਨਾ ਸੁਧਾਰ ਕੀਆ ਹੈ, ਪ੍ਰਾਈਵੇਟ ਸਕੂਲ ਹੈ ਜੋ ਸਰਕਾਰੀ ਸਕੂਲ ਹੈ ਪ੍ਰਾਈਵੇਟ ਕੇ ਅਕੋਰਡਿੰਗ ਕਰਦੀ ਹੈ ਸਾਰੇ, ਤੋ ਉਸਕੇ ਲਈ ਬਹੁਤ ਅੱਛਾ ਹੈ ਵੋ, ਤੋ ਹਮ ਉਹਨਾਂ ਕੋ ਵੋਟ ਦੇਵਾਂਗੇ। ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਆਮ ਲੋਕਾਂ ਦੇ ਨਾਲ ਹੀ, ਜਵਾਬ ਜਿਹੜਾ ਹੈ ਤੁਸੀਂ ਵੀ ਸੁਣ ਚੁੱਕੇ ਹੋ ਕਿਸ ਤਰੀਕੇ ਨਾਲ ਮਿਲਦਾ ਜੁਲਦਾ ਜਿਹੜਾ ਹੈ ਜਵਾਬ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸ ਤਰੀਕੇ ਨਾਲ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਿਲਕੁਲ ਆਮ ਆਦਮੀ ਪਾਰਟੀ ਵੱਲੋਂ ਜੋ ਵੀ ਵਾਅਦੇ ਕੀਤੇ ਜਾ ਰਹੇ ਨੇ ਉਸ ਤੇ ਥੋੜਾ ਬਹੁਤ ਵਿਸ਼ਵਾਸ ਹੈ, ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਜੋ ਵੀ ਉਹਨਾਂ ਵੱਲੋਂ ਕੰਮ ਕੀਤੇ ਜਾ ਰਹੇ ਨੇ ਉਹ ਹਰ ਕਿਸੇ ਨੂੰ ਦਿਖ ਰਹੇ ਨੇ, ਤੇ ਉੱਥੇ ਦੂਜੇ ਪਾਸੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਉਹਨਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਤੇ ਵਿਸ਼ਵਾਸ ਨਹੀਂ ਹੈ, ਹਰ ਇੱਕ ਪਾਰਟੀ ਜਿਹੜਾ ਹੈ ਸੱਤਾ ਦੇ ਵਿੱਚ ਆਉਣ ਦੇ ਲਈ ਜਿਹੜੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰ ਉਹ ਵਾਅਦਿਆਂ ਨੂੰ ਦਾਅਵਿਆਂ ਨੂੰ ਜਿਹੜਾ ਹੈ ਪੂਰਾ ਨਹੀਂ ਕਰੇਗੀ। ਤੇ ਬਿਲਕੁਲ ਇਹ ਜਿਹੜੀ ਹੈ ਗੱਲਬਾਤ ਕੀਤੀ ਆਮ ਲੋਕਾਂ ਦੇ ਨਾਲ, ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਮੈਂ ਕਲਪਨਾ ਮੌਰੀਆ ਵੇਖ ਗਿਰੋਹ ਦਾ ਸਿਟੀ ਹੈਡਲਾਈਨ।